ਭਾਰਤ ਬੰਦ ਦੇ ਸੱਦੇ ਤੇ ਪੰਜਾਬ ਭਰ ਦੇ ਵਿੱਚ ਸੜਕਾਂ ਤੇ ਉਤਰੇ ਕਿਸਾਨ, ਹਾਈਵੇ ਤੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ, ਬਾਜ਼ਾਰਾਂ 'ਚ ਦਿਖਿਆ ਰਲਿਆ ਮਿਲਿਆ ਅਸਰ। ਕਿਸਾਨਾਂ ਦੇ ਭਾਰਤ ਬੰਦ ਨੂੰ ਟਰਾਂਸਪੋਰਟ ਯੂਨੀਅਨਾਂ ਦਾ ਵੀ ਸਮਰਥਨ, ਅੱਜ ਪੂਰਾ ਦਿਨ ਬੰਦ ਰਹਿਣਗੀਆਂ ਬੱਸਾਂ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਪੂਰੀ ਤਰ੍ਹਾਂ ਚੱਕਾ ਜਾਮ, ਲੋਕ ਹੋ ਰਹੇ ਖੱਜਲ ਖੁਆਰ। ਕਿਸਾਨਾਂ ਦੇ ਨਾਲ ਗੱਲਬਾਤ ਨੂੰ ਲੈ ਕੇ ਅਨੁਰਾਗ ਠਾਕੁਰ ਦਾ ਬਿਆਨ, ਕਿਹਾ ਅਗਲੀ ਮੀਟਿੰਗ ਦੇ ਵਿੱਚ ਮਸਲੇ ਦੇ ਹੱਲ ਦੀ ਉਮੀਦ, ਐਤਵਾਰ ਨੂੰ ਹੋਵੇਗੀ 4 ਗੇਟ ਦੀ ਬੈਠਕ। ਕੱਲ੍ਹ ਤੋਂ 2 ਦਿਨਾਂ ਦੇ ਲਈ ਬੀਜੇਪੀ ਤੇ 3 ਵੱਡੇ ਲੀਡਰਾਂ ਦੇ ਘਰਾਂ ਦਾ ਘਿਰਾਓ ਕਰਨਗੇ ਕਿਸਾਨ। ਬੀਕੇਯੂ ਏਕਤਾ ਉਗਰਾਹਾਂ ਦਾ ਫੈਸਲਾ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਕੇਵਲ ਸਿੰਘ ਢਿੱਲੋਂ ਦੇ ਘੇਰੇ ਜਾਣਗੇ ਘਰ। ਹਰਿਆਣਾ ਪੁਲਿਸ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਪਥਰਾ ਕਰਨ ਵਾਲਿਆਂ ਦੀਆਂ ਤਸਵੀਰਾਂ ਜਾਰੀ, ਪੱਥਰਬਾਜ਼ੀ ਦੇ ਵਿੱਚ 23 ਜਵਾਨ ਹੋਏ ਜ਼ਖਮੀ, ਆਮ ਲੋਕਾਂ ਤੋਂ ਪਛਾਣ ਕਰਨ 'ਚ ਮੰਗੀ ਮਦਦ। ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦਾ ਜ਼ਬਰਦਸਤ ਪ੍ਰਦਰਸ਼ਨ, ਰਾਜਾ ਵੜਿੰਗ ਨੂੰ ਪੁਲਿਸ ਨੇ ਕੀਤਾ ਡਿਟੇਨ, ਵਰਕਰਾਂ ਦੇ ਨਾਲ ਬੀਜੇਪੀ ਦਫ਼ਤਰ ਦੇ ਬਾਹਰ ਦੇ ਰਹੇ ਸਨ ਧਰਨਾ। ਪ੍ਰਧਾਨ ਮੰਤਰੀ ਮੋਦੀ ਦੀ ਹਰਿਆਣਾ ਨੂੰ ਵੱਡੀ ਸੌਗਾਤ, 9750 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਲੋਕ ਅਰਪਣ, ਰੇਵਾੜੀ 'ਚ ਏਮਸ ਤੇ ਗੁਰੂਗ੍ਰਾਮ 'ਚ ਮੈਟਰੋ ਦਾ ਰੱਖਿਆ ਨੀਂਹ ਪੱਥਰ। ਪ੍ਰਧਾਨ ਮੰਤਰੀ ਮੋਦੀ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ, ਬੋਲੇ ਇੱਕ ਪਰਿਵਾਰ ਦੇ ਮੋਹ ਦੇ ਵਿੱਚ ਫਸੀ ਹੋਈ ਹੈ ਕਾਂਗਰਸ, ਮੇਰੇ ਖਿਲਾਫ਼ ਰਚ ਰਹੇ ਨੇ ਸਾਜ਼ਿਸ਼ਾਂ, ਪਰ ਢਾਲ ਬਣ ਕੇ ਖੜੇ ਨੇ ਲੋਕ। ਪੰਚਕੂਲਾ ਦੇ ਵਿੱਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਦੇ ਵਿੱਚ ਚੋਰੀ, ਯੁਵਰਾਜ ਦੀ ਮਾਂ ਨੇ ਲਿਖਵਾਈ FIR, ਘਰ ਦੀ ਅਲਮਾਰੀ 'ਚੋਂ ਗਹਿਣੇ ਅਤੇ 75,000 ਰੁਪਏ ਦੀ ਨਕਦੀ ਹੋਈ ਚੋਰੀ, ਘਰ ਦੇ ਨੌਕਰਾਂ 'ਤੇ ਹੀ ਲਗਾਏ ਗਏ ਨੇ ਚੋਰੀ ਦੇ ਇਲਜ਼ਾਮ। 500 ਵਿਕਟ ਦੇ ਕਲੱਬ ਦੇ ਵਿੱਚ ਪਹੁੰਚੇ ਆਰ ਅਸ਼ਵਿਨ, ਇੰਗਲੈਂਡ ਦੇ ਖਿਲਾਫ਼ ਜਾਰੀ ਟੈਸਟ ਦੇ ਵਿੱਚ ਰਚਿਆ ਇਤਿਹਾਸ, ਅਨਿਲ ਕੁੰਬਲੇ ਤੋਂ ਬਾਅਦ ਬਣੇ 500 ਵਿਕਟ ਲੈਣ ਵਾਲੇ ਦੂਜੇ ਭਾਰਤੀ ਖਿਡਾਰੀ। ਪੰਜਾਬ ਦੇ ਵਿੱਚ ਮੁੜ ਵੱਧ ਸਕਦੀ ਹੈ ਠੰਡ, ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ, 19 ਤੋਂ 21 ਫਰਵਰੀ ਤੱਕ ਪੰਜਾਬ, ਹਰਿਆਣਾ ਤੇ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਪੈ ਸਕਦਾ ਹੈ ਮੀਂਹ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ, ਲੈ ਕੇ ਜਦੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਾਰੀ ਰੱਖਿਆ ਜਾਵੇ ਤੇ ਇਸ ਵਿਚਾਲੇ ਕਿਸਾਨ ਆਗੂਆਂ ਦੇ ਖਿਲਾਫ ਵੀ ਮੋਰਚਾ ਖੋਲਣ ਦਾ ਐਲਾਨ ਕਰ ਦੇਣ, ਫਿਰ ਫਰਕ ਤਾਂ ਪੈਂਦਾ ਹੈ। ਇਸ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ, ਕੱਲ੍ਹ ਤੋਂ ਸੂਬੇ ਭਰ ਦੇ ਵਿੱਚ ਟੋਲ ਫ੍ਰੀ ਕੀਤੇ ਜਾਣਗੇ, 2 ਦਿਨ ਟੋਲ ਪਲਾਜ਼ਾ ਦੇ ਉੱਤੇ ਧਰਨੇ ਦੇਣਗੇ ਕਿਸਾਨ ਪ੍ਰਦਰਸ਼ਨਕਾਰੀ। ਕਿਸਾਨਾਂ ਤੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ, ਕੇਂਦਰ ਦੇ ਵੱਲੋਂ ਪੈਂਡਿੰਗ ਮੰਗਾਂ ਦੇ ਖਿਲਾਫ਼ ਇਹ ਪ੍ਰਦਰਸ਼ਨ ਹੈ। ਬਹੁਤ ਅਹਿਮ ਖਬਰ ਹੈ ਇਸ ਸਮੇਂ ਦੀ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ, ਕੱਲ੍ਹ ਤੋਂ ਸੂਬੇ ਭਰ ਦੇ ਵਿੱਚ ਜਿਹੜੇ ਟੋਲ ਨੇ ਉਹ ਫ੍ਰੀ ਕਰਵਾ ਦਿੱਤੇ ਜਾਣਗੇ, ਯਾਨੀ ਕਿ ਟੋਲ ਬਿਨਾਂ ਦਿੱਤੇ ਹੀ ਉੱਥੋਂ ਗੱਡੀਆਂ ਲੰਘਵਾਈਆਂ ਜਾਣਗੀਆਂ। ਔਰ 2 ਦਿਨ ਪਲਾਜ਼ਿਆਂ ਦੇ ਉੱਤੇ, ਟੋਲ ਪਲਾਜ਼ਿਆਂ ਤੇ ਧਰਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾਏਗਾ, ਔਰ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਉੱਤੇ ਪੁਲਿਸ ਕਾਰਵਾਈ ਦਾ ਵਿਰੋਧ ਜਥੇਬੰਦੀ ਉਗਰਾਹਾਂ ਜਥੇਬੰਦੀ ਕਰਦੀ ਹੋਈ ਨਜ਼ਰ ਆਏਗੀ। ਤਾਂ ਫਿਲਹਾਲ ਜੋ ਸਾਡੇ ਕੋਲ ਜਾਣਕਾਰੀ ਹੈ ਕਿ 2 ਦਿਨ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਕਾਬਿਲ ਗੌਰ ਹੈ ਕਿ 2020-2021 'ਚ ਜਿਹੜਾ ਅੰਦੋਲਨ ਹੋਇਆ ਤਾਂ ਉਸ ਸਮੇਂ ਜਦੋਂ ਤੱਕ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਤੱਕ ਪੰਜਾਬ ਭਰ ਦੇ ਜਿਹੜੇ ਟੋਲ ਨੇ ਉਹਨਾਂ ਨੂੰ ਫ੍ਰੀ ਕਰਵਾ ਦਿੱਤਾ ਗਿਆ ਸੀ, ਯਾਨੀ ਕਿ ਟੋਲ ਉਸ ਸਮੇਂ ਲੋਕ ਨਹੀਂ ਦੇ ਰਹੇ ਸਨ। ਹਾਲਾਂਕਿ ਦਿੱਲੀ ਨੂੰ ਜਾਂਦੇ ਰਾਹ ਦੇ ਉੱਤੇ ਵੀ ਟੋਲ ਹਟਾ ਦਿੱਤਾ ਗਿਆ ਸੀ, ਉੱਥੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਤੇ ਕੁਝ ਉਸ ਤਰੀਕੇ ਦੀ ਤਸਵੀਰ ਇਸ ਵਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਕਾਬਿਲ ਗੌਰ ਹੈ ਕਿਸਾਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਉਹ ਕੱਲ੍ਹ ਤੋਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਕੱਲ੍ਹ ਤੋਂ ਧਰਨਿਆਂ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਨਗੇ 2 ਦਿਨ ਦੇ ਲਈ।
ਔਰ ਉਸ ਤੋਂ ਬਾਅਦ ਟੋਲ ਵੀ ਫ੍ਰੀ ਕਰਵਾ ਦਿੱਤੇ ਜਾਣਗੇ। ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਉਸ ਦੇ ਖਿਲਾਫ ਇਹ ਐਕਸ਼ਨ ਏਕਤਾ ਉਗਰਾਹਾਂ ਜਥੇਬੰਦੀ ਦੇ ਵੱਲੋਂ ਲਿਆ ਜਾਵੇਗਾ। ਪੰਜਾਬ ਦੇ ਸਾਰੇ ਟੋਲ ਫ੍ਰੀ ਕਰ ਰਹੇ ਹਾਂ ਅਤੇ ਸਿੰਘੂ 'ਤੇ ਜਿਹੜਾ ਜਬਰ ਹੋਇਆ, ਧੱਕਾ ਹੋਇਆ ਸੰਘੂ ਬਾਰਡਰ 'ਤੇ ਅਤੇ ਖਨੌਰੀ ਜਾਂ ਉੱਥੇ ਕੰਧਾਂ ਕੱਢ ਕੇ ਰੋਕਿਆ ਹੋਇਆ ਇਹਨਾਂ ਨੂੰ, ਅਸੀਂ ਇਸ ਧੱਕੇ ਦੇ ਖਿਲਾਫ਼ ਉਹ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਮੰਗਾਂ 'ਤੇ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਮੰਗਾਂ 'ਤੇ ਅਸੀਂ ਕੱਲ੍ਹ ਨੂੰ ਸਾਰੇ ਪੰਜਾਬ ਦੇ ਟੋਲ ਫ੍ਰੀ ਕਰ ਰਹੇ ਹਾਂ ਅਤੇ ਤਿੰਨ ਜਗ੍ਹਾ 'ਤੇ ਅਸੀਂ ਤਿੰਨ ਬੰਦੇ ਜਿਹੜੇ BJP ਦੇ ਆਗੂ ਹੈ ਜਿਹਦੇ 'ਚ ਉਹਨਾਂ ਦਾ ਪ੍ਰਧਾਨ ਹੈ ਸੁਨੀਲ ਜਾਖੜ, ਕੈਪਟਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ, ਇਹ ਤਿੰਨਾਂ ਦੇ ਘਰਾਂ ਮੂਹਰੇ 2 ਦਿਨਾਂ ਦੇ ਕਿਸੇ ਨੇ ਸੱਦਾ ਦਿੱਤਾ ਹੈ, ਸੱਦੀ ਨਹੀਂ ਬੁਲਾਈ ਮੈਂ ਲੜੇ ਦਿੱਤਾ ਜੀ, ਅਗਲਿਆਂ ਨੇ ਸਾਨੂੰ ਬੁਲਾਇਆ ਨਹੀਂ, ਸਾਨੂੰ ਲੋੜ ਨਹੀਂ, ਖੰਘਾ ਨਹੀਂ ਦਿੰਦੇ ਉੱਥੇ। ਹੁਣ ਸਾਡਾ ਇੱਕ ਹਰਿਆਣੇ ਦਾ ਆਗੂ ਗਿਆ, ਉਹਦੀ ਗੱਡੀ ਦੇ ਸ਼ੀਸ਼ੇ ਭੰਨਤੇ, ਉਹਨਾਂ ਨਾਲ ਕੋਈ ਗੱਲ ਨਹੀਂ ਕਰੀ, ਉਹ ਗਏ ਸੀ ਸਮਰਥਨ ਪੁੱਛਣ। ਇਹੋ ਜਿਹਾ ਤਾਂ ਸਮਰਥਨ ਉੱਥੇ ਹੁੰਦਾ, ਇੱਕ ਕਹਿੰਦੇ ਪੱਤਰਕਾਰ ਗਿਆ ਤੁਹਾਡੇ ਹੀ ਭਾਈ ਸੀਗਾ, ਉਹਦੇ ਕੱਪੜੇ ਪਾੜਤੇ, ਉਹਦਾ ਮੋਬਾਈਲ ਖੋਲ੍ਹਿਆ, ਇੱਕ ਇਹਦਾ ਪਤਾ ਨਹੀਂ, ਮੈਂ ਤਾਂ ਸੁਣਿਆ ਵੀ ਇੱਕ ਕਾਂਗਰਸ ਦਾ ਆਗੂ ਗਿਆ ਉਹਦੇ ਨਾਲ ਧੱਕਾ ਮੁੱਕੀ ਕਰਤੀ। ਹਾਲਤਾਂ ਤਾਂ ਉੱਥੇ ਅਈਆਂ ਜਿਹਾਂ ਬਣੀਆਂ ਖੜੀਆਂ ਨੇ ਕਿ ਅਸੀਂ ਉੱਥੇ ਜਾਵਾਂਗੇ, ਅਸੀਂ ਗਾਲਾਂ ਖਾਣ ਜਾਣਾ ਉੱਥੇ? ਹਾਂ, ਅਸੀਂ ਇਹ ਸਮਝਦੇ ਹਾਂ ਉਹ ਕੌਣ ਨੇ, ਉਹ ਕੀ ਨੇ, ਉਹ ਕਿਹੜੀਆਂ ਜਥੇਬੰਦੀਆਂ ਨੇ, ਉਹ ਕਿਹਦੇ ਨਾਲ ਨੇ, ਇਹ ਗੱਲ ਦਾ ਸਵਾਲ ਨਹੀਂ। ਅਤੇ ਇਸ ਦੇ ਵਿੱਚ 2 ਖਬਰਾਂ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀਆਂ ਨੇ, ਟੋਲ ਫ੍ਰੀ ਕੱਲ੍ਹ ਤੋਂ ਕਰਵਾ ਦਿੱਤੇ ਜਾਣਗੇ। ਦੂਜੇ ਪਾਸੇ ਉਗਰਾਹਾਂ ਜਥੇਬੰਦੀ ਦੀ ਨਾਰਾਜ਼ਗੀ, ਜੋਗਿੰਦਰ ਸਿੰਘ ਉਗਰਾਹਾਂ ਨੂੰ ਤੁਸੀਂ ਸੁਣ ਰਹੇ ਸੀ, ਉਹਨਾਂ ਦੀ ਨਾਰਾਜ਼ਗੀ ਸਿੱਧੇ ਤੌਰ ਦੇ ਉੱਤੇ ਉਹਨਾਂ ਕਿਸਾਨ ਆਗੂਆਂ ਦੇ ਨਾਲ ਇਸ ਸਮੇਂ ਜ਼ਰੂਰ ਹੈ ਜੋ ਇਸ ਪੂਰੇ ਪ੍ਰਦਰਸ਼ਨ ਨੂੰ ਲੀਡ ਕਰ ਰਹੇ ਨੇ, ਜੋ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਿਹਾ ਹੈ। ਖੈਰ, ਜਦੋਂ ਕਿਸਾਨਾਂ ਦੇ ਅੰਦਰ ਵੀ ਧੜੇਬੰਦੀ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ ਹੈ। ਉੱਧਰ ਭਾਰਤ ਬੰਦ ਦਾ ਅਸਰ ਸੂਬੇ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਦਿਖਿਆ, ਕਿਤੇ ਬਾਜ਼ਾਰ ਬੰਦ ਰਹੇ ਤਾਂ ਕਿਤੇ ਕਿਸਾਨਾਂ ਨੇ ਰੋਡ ਬਲੌਕ ਕੀਤੇ। ਕਪੂਰਥਲਾ, ਹੁਸ਼ਿਆਰਪੁਰ, ਗੜਸ਼ੰਕਰ, ਮੋਗਾ ਤੇ ਸੰਗਰੂਰ ਦੇ ਵਿੱਚ ਦੁਕਾਨਦਾਰ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਨਜ਼ਰ ਆਏ ਅਤੇ ਬੰਦ ਦੇ ਦੌਰਾਨ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ। ਦੋਨੋਂ ਪਾਸੇ ਸੜਕ ਦੇ ਦੋਨੋਂ ਪਾਸੇ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਨੇ। ਬੇਸ਼ੱਕ ਚਾਹੇ ਕੁਛ ਖਾਣ ਪੀਣ ਦੀ ਇੱਕ ਅੱਧੀ ਦੁਕਾਨ ਖੁੱਲੀ ਹੈ, ਕਿਉਂਕਿ ਜਿਹੜੇ ਲੋਕ ਬਾਹਰੋਂ ਆਏ ਨੇ ਇੱਥੇ ਉਹਨਾਂ ਦੇ ਖਾਣ ਪੀਣ ਦੀ ਵਿਵਸਥਾ ਕਰਨ ਵਾਸਤੇ ਇਹ ਦੁਕਾਨ 1-2 ਖੁੱਲੀਆਂ ਨੇ। ਉਧਰ ਰੋਪੜ ਦੇ ਵਿੱਚ ਕਿਸਾਨ ਸੜਕ ਦੇ ਉੱਤੇ ਧਰਨਾ ਲਗਾ ਕੇ ਪ੍ਰਦਰਸ਼ਨ ਕਰਦੇ ਦਿਖੇ ਤਾਂ ਉੱਥੇ ਨਾਭਾ ਦੇ ਵਿੱਚ ਕਿਸਾਨਾਂ ਨੇ ਰੈਲੀ ਕੱਢੀ। ਵੱਧ ਤੋਂ ਵੱਧ ਮੰਗਾਂ ਮੰਨੀਆਂ ਜਾਣ, ਜੇ ਮੰਗਾਂ ਨਹੀਂ ਵੀ ਇਹਨਾਂ ਨੇ ਮੰਨਣੀਆਂ, ਘੱਟੋ ਘੱਟ ਤਸ਼ੱਦਦ ਤਾਂ ਹਟਾਉਣ, ਡੈਮੋਕ੍ਰੇਟਿਕ ਰਾਈਟ ਹੈ ਜਿਹੜਾ ਉਹਨੂੰ ਨਾ ਖਤਮ ਕਰਨ ਸਾਡੇ ਨੂੰ। ਕਈ ਥਾਵਾਂ ਤੇ ਬੰਦ ਦਾ ਮਿਲਿਆ ਜੁਲਿਆ ਅਸਰ ਵੀ ਵੇਖਣ ਨੂੰ ਮਿਲਿਆ। ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਇਸ ਸੱਦੇ ਦੇ ਵਿਚਾਲੇ ਪੰਜਾਬ ਦੇ ਵਿੱਚ ਖਾਸਾ ਅਸਰ ਸੀ। ਲੁਧਿਆਣਾ ਦਾ ਜ਼ਿਕਰ ਕਰਾਂਗੇ, ਲੁਧਿਆਣਾ ਦੇ ਵਿੱਚ ਕਿਸਾਨਾਂ ਦੇ ਬੰਦ ਦਾ ਜੋ ਐਲਾਨ ਸੀ ਉਸਦਾ ਜ਼ਿਆਦਾ ਅਸਰ ਖਾਸ ਤੌਰ 'ਤੇ ਬਾਜ਼ਾਰਾਂ ਦੇ ਵਿੱਚ ਨਜ਼ਰ ਨਹੀਂ ਆਇਆ। ਵੀ ਰੋਜ਼ ਦੀ ਤਰ੍ਹਾਂ ਬਾਜ਼ਾਰ ਅਤੇ ਦੁਕਾਨਾਂ ਖੁੱਲ੍ਹੀਆਂ ਹੋਈਆਂ ਨਜ਼ਰ ਆਈਆਂ, ਪਰ ਬਾਜ਼ਾਰਾਂ ਦੇ ਵਿੱਚ ਲੋਕਾਂ ਦੀ ਤਾਦਾਦ ਘੱਟ ਸੀ। ਬਾਕੀ ਥਾਵਾਂ ਦੇ ਮੁਕਾਬਲੇ ਇੱਥੇ ਆਵਾਜਾਈ ਅਤੇ ਬਾਜ਼ਾਰਾਂ ਦੀ ਰੌਣਕ ਦੇ ਉੱਤੇ ਘੱਟ ਅਸਰ ਨਜ਼ਰ ਆਇਆ। ਪਹਿਲਾਂ ਤੋਂ ਹੀ ਇਹ ਅੰਦੋਲਨ ਚੱਲੇ ਜਾ ਰਿਹਾ, ਸਟ੍ਰਾਈਕਾਂ ਹੋਈ ਜਾ ਰਹੀਆਂ, ਇਹਦੇ ਨਾਲ ਵਪਾਰ ਨੂੰ ਨੁਕਸਾਨ ਹੀ ਹੈ, ਕਿਸੇ ਵੀ ਵਪਾਰ ਨੂੰ ਇਹ ਨੁਕਸਾਨ ਹੈ। ਕਿਸਾਨਾਂ ਨੂੰ ਇਹ ਸਟ੍ਰਾਈਕ ਜਿਹੜੀ ਕਰਨੀ ਚਾਹੀਦੀ ਹੈ ਸ਼ਾਂਤੀਪੂਰਨ ਕਰਨੀ ਚਾਹੀਦੀ ਹੈ, ਨਾ ਕਿ ਦੂਜਿਆਂ ਦੀ ਸਟੇਜ 'ਤੇ ਕਰਨੀ ਚਾਹੀਦੀ ਹੈ। ਇਹੋ ਨਹੀਂ, ਵਪਾਰੀਆਂ ਨੇ ਕਿਸਾਨਾਂ ਨੂੰ ਵਿਰੋਧ ਦਾ ਵੱਖ ਤਰੀਕਾ ਲੱਭਣ ਨੂੰ ਕਿਹਾ ਤਾਂ ਕਿ ਉਹਨਾਂ ਦਾ ਵਿਰੋਧ ਬਾਕੀਆਂ ਦੇ ਨੁਕਸਾਨ ਦੀ ਵਜ੍ਹਾ ਨਾ ਬਣੇ। ਜੀ, ਦੇਖਿਆ ਜਾਵੇ ਤਾਂ ਕਿਸਾਨਾਂ ਦੀ ਆਪਣੀ ਇੱਕ ਮੰਗ ਹੈ। ਕਿਸਾਨ ਜਿਹੜਾ ਹੈਗਾ ਹੈ ਉਹ ਇਕੋਨਮੀ ਨੂੰ ਚਲਾਉਣ ਵਾਲਾ ਇੱਕ ਪਿੱਲਰ ਹੈਗਾ, ਵਨ ਆਫ ਦਾ ਪਿੱਲਰ ਹੈ, ਲੇਕਿਨ ਇੱਕ ਪਿੱਲਰ ਦੇ ਕਰਕੇ ਬਾਕੀ ਸਾਰੇ ਪਿੱਲਰਾਂ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ, ਇਹ ਵੀ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ।
ਹਾਲਾਂਕਿ ਇਸ ਦੌਰਾਨ ਕਿਸਾਨ ਯੂਨੀਅਨਾਂ ਨੇ ਸ਼ੇਰਪੁਰ ਚੌਕ ਦੇ ਨੇੜੇ ਦਿੱਲੀ ਅੰਮ੍ਰਿਤਸਰ ਰੋਡ ਦੇ ਉੱਤੇ ਪ੍ਰਦਰਸ਼ਨ ਕੀਤਾ। ਤਾਂ ਜਿਹੜੇ ਵਪਾਰ ਮੰਡਲ ਦੇ ਨਾਲ ਜੁੜੇ ਲੋਕ ਨੇ ਉਹ ਕਿਸਾਨਾਂ ਨੂੰ ਐਲਾਨ ਜ਼ਰੂਰ ਕਰ ਰਹੇ ਨੇ, ਉਹਨਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਆਪਣੀਆਂ ਮੰਗਾਂ ਮਨਵਾਉਣ ਦਾ ਕੋਈ ਵੱਖਰਾ ਤਰੀਕਾ ਜ਼ਰੂਰ ਸੋਚੋ, ਬੰਦ ਕਰਵਾ ਕੇ ਲੋਕਾਂ ਨੂੰ ਜੋ ਦਿੱਕਤਾਂ ਹੁੰਦੀਆਂ ਨੇ ਉਸਦੇ ਬਾਰੇ ਵੀ ਵਿਚਾਰ ਕਰੋ। ਉੱਧਰ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਮਿਲਿਆ ਜੁਲਿਆ ਅਸਰ ਦਿਖਿਆ ਹੈ। ਹਰਿਆਣਾ ਦੇ ਸਾਰੇ ਟੋਲ ਪਲਾਜ਼ੇ 3 ਘੰਟੇ ਤੱਕ ਫ੍ਰੀ ਕਰ ਦਿੱਤੇ ਗਏ। ਕਰਨਾਲ ਦੇ ਵਸਤਾੜਾ ਟੋਲ ਪਲਾਜ਼ਾ ਤੇ ਖੁਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਮੌਜੂਦ ਸਨ। ਟੋਲ ਫ੍ਰੀ ਕੀ ਕੌਲ ਹੈ ਔਰ ਕੱਲ ਜੋ ਹੈ ਵੋ ਸਭੀ ਜ਼ਿਲ੍ਹੋ ਪੇ ਹਮ ਟਰੈਕਟਰ ਕਾ ਪ੍ਰਦਰਸ਼ਨ ਕਰੇਂਗੇ, ਟਰੈਕਟਰ ਮਾਰਚ ਨਿਕਾਲੇਂਗੇ। ਕਰਨਾਲ ਤੋਂ ਇਲਾਵਾ ਕੁਰੂਕਸ਼ੇਤਰ, ਹਿਸਾਰ ਅਤੇ ਪਾਣੀਪਤ ਦੇ ਵਿੱਚ ਵੀ ਟੋਲ ਨੂੰ 3 ਘੰਟਿਆਂ ਤੱਕ ਫ੍ਰੀ ਕਰਵਾ ਦਿੱਤਾ ਗਿਆ। ਆਜ ਹਮਾਰੇ ਇਲਾਕੇ ਸੇ ਗਾਵੋਂ ਸੇ ਲੋਗ ਲਗਭਗ 35 ਗਾਵੋਂ ਸੇ ਯਹਾਂ ਪਰ ਪਹੁੰਚੇ ਹੈ। ਇਸੀ ਪ੍ਰਕਾਰ ਅਨੇ ਚਾਰੋਂ ਟੋਲੋਂ ਕੇ ਉੱਪਰ ਵੀ ਚੌਧਰੀ ਵਾਸ, ਬਾਡੋ ਪੱਟੀ ਬਾਸ ਔਰ ਲਾਂਗੜੀ ਟੋਲ ਕੇ ਉੱਪਰ ਕਿਸਾਨੋਂ ਕੇ ਜੱਥੇ ਜਮੇ ਹੋਏ ਹੈ। ਭਾਰਤ ਬੰਦ ਦੇ ਚਲਦੇ ਰੋਡਵੇਜ਼ ਯੂਨੀਅਨ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ, ਜਿਸ ਦੀ ਵਜ੍ਹਾ ਨਾਲ ਰੋਡਵੇਜ਼ ਦੀਆਂ ਕੁਝ ਬੱਸਾਂ ਨਹੀਂ ਚੱਲੀਆਂ। ਉੱਥੇ ਹਰਿਆਣਾ ਦੇ ਜ਼ਿਆਦਾ ਵੱਡੇ ਬਾਜ਼ਾਰ ਵੀ ਖੁੱਲ੍ਹੇ ਰਹੇ। ਉੱਧਰ ਭਾਰਤ ਬੰਦ ਦਾ ਅਸਰ ਵਿਦਿਆਰਥੀਆਂ ਦੇ ਉੱਤੇ ਵੀ ਪੈਂਦਾ ਹੋਇਆ ਨਜ਼ਰ ਆਇਆ। ਖਨੌਰੀ ਦੇ ਵਿੱਚ ਵਿਦਿਆਰਥੀ ਟਰੈਕਟਰ ਟਰਾਲੀਆਂ ਦੇ ਉੱਤੇ ਸਵਾਰ ਹੋ ਕੇ ਐਗਜ਼ਾਮ ਦੇਣ ਪਹੁੰਚੇ ਅਤੇ ਉਸ ਦੀਆਂ ਕੁਝ ਤਸਵੀਰਾਂ। ਦਰਅਸਲ ਕਿਸਾਨਾਂ ਦੇ ਸਮਰਥਨ ਦੇ ਵਿੱਚ ਰੋਡਵੇਜ਼ ਮੁਲਾਜ਼ਮਾਂ ਦੇ ਸ਼ਾਮਿਲ ਹੋਣ ਤੋਂ ਬਾਅਦ ਆਵਾਜਾਈ ਠੱਪ ਹੋ ਗਈ। ਅਜਿਹੇ 'ਚ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਪਹੁੰਚਣ ਦੇ ਲਈ ਵਿਦਿਆਰਥੀਆਂ ਨੂੰ ਕੋਈ ਸਾਧਨ ਨਹੀਂ ਮਿਲਿਆ ਅਤੇ ਉਹ ਪ੍ਰੀਖਿਆ ਦੇ ਵਿੱਚ ਬੈਠ ਪਾਉਣ, ਇਸ ਦੇ ਲਈ ਟਰੈਕਟਰ ਟਰਾਲੀਆਂ ਦੇ ਵਿੱਚ ਹੀ ਸਕੂਲ ਦੇ ਲਈ ਉਹਨਾਂ ਨੂੰ ਨਿਕਲਣਾ ਪਿਆ। ਬਹੁਤ ਪਰੇਸ਼ਾਨੀ ਹੋ ਰਹੀ ਹੈ। ਹਾਂਜੀ, ਕੋਈ ਸਾਧਨ ਦਾ ਹਿੱਲਿਆ ਨਹੀਂ ਹੋ ਰਿਹਾ, ਜਾਮ ਲੱਗ ਰਹੇ ਨੇ ਅੱਗੇ। ਕੋਈ ਬੰਦੋਬਸਤ ਨਹੀਂ ਕਰੇ ਹੋਏ ਜੀ, ਇਹ ਸਾਰੇ ਝੂਠ ਨੇ। ਵਿਦਿਆਰਥੀਆਂ ਤੇ ਬੰਦ ਦਾ ਅਸਰ ਮੁਕਤਸਰ ਸਾਹਿਬ ਦੇ ਵਿੱਚ ਵੀ ਨਜ਼ਰ ਆਇਆ, ਜਿੱਥੇ ਬੱਸਾਂ ਦੀ ਹੜਤਾਲ ਵਿਦਿਆਰਥੀਆਂ ਦੇ ਲਈ ਪਰੇਸ਼ਾਨੀ ਬਣ ਗਈ ਅਤੇ ਉਹਨਾਂ ਨੂੰ ਐਗਜ਼ਾਮੀਨੇਸ਼ਨ ਸੈਂਟਰ ਤੱਕ ਪਹੁੰਚਣ ਦੇ ਵਿੱਚ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖੈਰ, ਐਗਜ਼ਾਮੀਨੇਸ਼ਨ ਸੈਂਟਰ ਤਾਂ ਦੂਰ ਸੀ ਤਾਂ ਦਿੱਕਤ ਹੋਈ ਬੱਚਿਆਂ ਨੂੰ, ਪਰ ਜਦੋਂ ਬੱਚਿਆਂ ਦਾ ਉਹਨਾਂ ਦੇ ਭਵਿੱਖ ਦਾ ਪ੍ਰਦਰਸ਼ਨ ਕਰਨ ਵਾਲੇ ਧਿਆਨ ਨਾ ਰੱਖਣ ਫਿਰ ਫਰਕ ਤਾਂ ਪੈਂਦਾ, ਕਿਉਂਕਿ ਦਿਨ ਕੋਈ ਅਜਿਹਾ ਚੁਣਿਆ ਜਾ ਸਕਦਾ ਸੀ ਜਿਸ ਦਿਨ ਛੁੱਟੀ ਹੋਵੇ, ਕੋਈ ਪੇਪਰ ਨਾ ਹੋਵੇ। ਉੱਧਰ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਤੈਨਾਤ ਪੁਲਿਸ ਜਵਾਨਾਂ ਦੇ ਉੱਤੇ ਪੱਥਰਬਾਜ਼ੀ ਕਰਨ ਵਾਲਿਆਂ ਦੀ ਇੱਕ ਵੀਡੀਓ ਜਾਰੀ ਕੀਤੀ। ਅਧਿਕਾਰੀ ਹੈ, ਉਨਕੋ ਵੀ ਪੱਥਰ ਸੇ ਹੀ ਚੋਟ ਲਗੀ ਥੀ ਔਰ 25 ਮੇਂ ਸੇ ਹਮਾਰੇ 7 ਜਵਾਨ ਤੋਂ ਇਸਕੇ ਹਰਿਆਣਾ ਪੁਲਿਸ ਕੇ ਹਮਾਰੇ 18 ਜਵਾਨ ਹੈ ਔਰ 7 ਜਵਾਨ ਹਮਾਰੇ ਪੈਰਾਮਿਲਟਰੀ ਫੋਰਸਿਸ ਕੇ ਹੈਂ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਕਹਿ ਚੁੱਕੀ ਹੈ ਕਿ ਇਸ ਅੰਦੋਲਨ ਦੇ ਦੌਰਾਨ ਜੋ ਵੀ ਨੁਕਸਾਨ ਹੋਵੇਗਾ ਉਸ ਨੂੰ ਹੜਦੰਗੀਆਂ ਤੋਂ ਹੀ ਵਸੂਲਿਆ ਜਾਵੇਗਾ। ਇਹਨਾਂ ਵੀਡੀਓਜ਼ ਨੂੰ ਉਸੇ ਗੱਲ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਤਾਂ ਪੱਥਰਬਾਜ਼ੀ ਹੁੰਦੀ ਨਜ਼ਰ ਆਈ ਸੀ, ਦੂਜੇ ਪਾਸੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ, ਟਕਰਾਅ ਤੇ ਤਣਾਅ ਵਾਲਾ ਮਾਹੌਲ ਲਾਜ਼ਮੀ ਤੌਰ ਤੇ ਸੀ। ਉੱਧਰ ਕਿਸਾਨ ਅੰਦੋਲਨ ਦੇ ਉੱਤੇ ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਕਿ ਕਿਸਾਨ ਯੂਨੀਅਨਾਂ ਨੇ ਬਿਨਾਂ ਕਿਸੇ ਇਜਾਜ਼ਤ ਤੇ ਜਾਣਕਾਰੀ ਦਿੱਤੇ ਦਿੱਲੀ ਚਲੋ ਮਾਰਚ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਇਸ ਮਾਰਚ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਹਿੱਸੇਦਾਰੀ ਕਰਨ ਦੀ ਅਪੀਲ ਕੀਤੀ। ਇਨਪੁੱਟ ਸੀ ਕਿ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਮੋਡੀਫਾਈਡ ਟਰੈਕਟਰ ਟਰਾਲੀਆਂ ਦੇ ਵਿੱਚ ਦਿੱਲੀ ਜਾਣਗੇ। ਕਿਸਾਨਾਂ ਦੇ ਸਾਲ 2020-2021 ਦੇ ਅੰਦੋਲਨ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਇਸ ਵਾਰ ਕਿਸਾਨਾਂ ਨੂੰ ਸਰਹੱਦ ਦੇ ਉੱਤੇ ਰੋਕਿਆ ਗਿਆ। ਦੇਖੋ, ਕੋਰਟ ਦਾ ਇਹ ਬੜਾ ਮਤਲਬ ਪੋਜ਼ਿਟਿਵ ਵਿਊ ਹੈ ਕਿ ਵੀ ਇੱਕ ਪੀਸਫੁਲ ਪ੍ਰੋਟੈਸਟ ਇੱਕ ਕੋਨਸਟੀਟਿਊਸ਼ਨਲ ਰਾਈਟ ਹੈ ਅਤੇ ਕਿਸੇ ਨੂੰ ਵੀ ਇਹ ਪੀਸਫੁਲ ਪ੍ਰੋਟੈਸਟ ਕਰਨ ਤੋਂ ਨਹੀਂ ਰੋਕਣਾ ਚਾਹੀਦਾ ਜਦ ਤੱਕ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਨਹੀਂ ਹੈ।
ਹਾਈ ਕੋਰਟ ਦੇ ਵਿੱਚ ਸੁਣਵਾਈ ਹੁਣ 20 ਫਰਵਰੀ ਨੂੰ ਵੀ ਹੋਵੇਗੀ। ਅਦਾਲਤ ਨੇ ਮਾਮਲੇ 'ਚ ਮੰਗਲਵਾਰ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨਵੀਂ ਸਟੇਟਸ ਰਿਪੋਰਟ ਵੀ ਦਾਖਲ ਕਰਨ ਨੂੰ ਕਿਹਾ ਹੈ। 20 ਫਰਵਰੀ ਯਾਨੀ ਕਿ ਮੰਗਲਵਾਰ ਦਾ ਦਿਨ, ਤਾਂ ਉਸ ਦਿਨ ਸੁਣਵਾਈ 'ਚ ਕੀ ਹੁੰਦਾ ਨਜ਼ਰਾਂ ਰਹਿਣਗੀਆਂ, ਪਰ ਉਮੀਦ ਕਰਦੇ ਹਾਂ ਉਸ ਤੋਂ ਪਹਿਲਾਂ ਐਤਵਾਰ ਨੂੰ ਹੱਲ ਕੋਈ ਨਿਕਲੇਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਮੀਦ ਹੈ ਕਿ ਐਤਵਾਰ ਨੂੰ ਹੋਣ ਵਾਲੀ ਮੀਟਿੰਗ 'ਚ ਮਸਲੇ ਦਾ ਹੱਲ ਨਿਕਲੇਗਾ। ਮਿਲਣੇ ਕੇ ਲੀਏ ਵੋ ਆਏ, ਵਾਰਤਾ ਵੀ ਬਹੁਤ ਅੱਛੀ ਹੋਈ ਔਰ ਅਗਲੀ ਵਾਰਤਾ ਕਾ ਸਮੇਂ ਵੀ ਰਵੀਵਾਰ ਕਾ ਤੈਅ ਹੁਆ ਹੈ। ਮੁਝੇ ਪੂਰਨ ਵਿਸ਼ਵਾਸ ਹੈ ਰਵੀਵਾਰ ਕੋ ਵੀ ਅੱਛੇ ਵਾਤਾਵਰਣ ਮੇਂ ਬਾਤਚੀਤ ਹੋਗੀ ਔਰ ਇਨ ਮੁੱਦੋਂ ਕੇ ਹੱਲ ਕੇ ਲਈ ਹਮ ਆਗੇ ਬੜੇਂਗੇ। ਦਿਆ ਥਾ ਕਿਸਾਨ ਸੰਗਠਨੋਂ ਸੇ ਮਿਲਣੇ ਕੇ ਲੀਏ ਵੋ ਆਏ, ਵਾਰਤਾ ਵੀ ਬਹੁਤ ਅੱਛੀ ਹੋਈ ਔਰ ਅਗਲੀ ਵਾਰਤਾ ਕਾ ਸਮੇਂ ਵੀ ਰਵੀਵਾਰ ਕਾ ਤੈਅ ਹੁਆ ਹੈ। ਮੁਝੇ ਪੂਰਨ ਵਿਸ਼ਵਾਸ ਹੈ ਰਵੀਵਾਰ ਕੋ ਵੀ ਅੱਛੇ ਵਾਤਾਵਰਣ ਮੇਂ ਬਾਤਚੀਤ ਹੋਗੀ ਔਰ ਇਨ ਮੁੱਦੋਂ ਕੇ ਹੱਲ ਕੇ ਲਈ ਹਮ ਆਗੇ ਬੜੇਂਗੇ। ਦਿਆ ਥਾ ਕਿਸਾਨ ਸੰਗਠਨੋਂ ਸੇ ਮਿਲਣੇ ਕੇ ਲੀਏ ਵੋ ਆਏ, ਵਾਰਤਾ ਵੀ ਬਹੁਤ ਅੱਛੀ ਹੋਈ ਔਰ ਅਗਲੀ ਵਾਰਤਾ ਕਾ ਸਮੇਂ ਵੀ ਰਵੀਵਾਰ ਕਾ ਤੈਅ ਹੁਆ ਹੈ। ਮੁਝੇ ਪੂਰਨ ਵਿਸ਼ਵਾਸ ਹੈ ਰਵੀਵਾਰ ਕੋ। ਤਾਂ ਐਤਵਾਰ ਦਾ ਇੰਤਜ਼ਾਰ ਹੈ ਅਤੇ ਇੱਕ ਵਾਰ ਫਿਰ ਤੋਂ ਮੀਟਿੰਗ ਹੋਏਗੀ ਚੌਥੇ ਗੇੜ ਦੀ ਅਤੇ ਉਮੀਦ ਕਰਦੇ ਹਾਂ ਕਿ ਉਸ ਮੀਟਿੰਗ 'ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਉੱਧਰ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ। ਯੁਵਰਾਜ ਸਿੰਘ ਦੀ ਮਾਤਾ ਨੇ ਇਸ ਸੰਬੰਧ ਵਿੱਚ ਪੰਚਕੂਲਾ ਪੁਲਿਸ ਦੇ ਵਿੱਚ ਸ਼ਿਕਾਇਤ ਦਿੱਤੀ। ਚੋਰੀ ਦਾ ਇਹ ਮਾਮਲਾ ਕਰੀਬ 6 ਮਹੀਨੇ ਪੁਰਾਣਾ ਦੱਸਿਆ ਜਾ ਰਿਹਾ ਹੈ, ਪਰ ਹੁਣ ਜਾ ਕੇ ਕੇਸ ਦਰਜ ਕਰਕੇ FIR ਸਾਹਮਣੇ ਆਈ। ਯੁਵਰਾਜ ਸਿੰਘ ਦੀ ਮਾਤਾ ਸ਼ਬਨਮ ਸਿੰਘ ਨੇ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਉਹਨਾਂ ਦੇ ਪੰਚਕੂਲਾ ਵਾਲੇ ਘਰ ਦੇ ਵਿੱਚ ਚੋਰੀ ਹੋਈ ਸੀ। ਸ਼ਿਕਾਇਤ ਦੇ ਵਿੱਚ ਜ਼ਿਕਰ ਹੈ ਕਿ ਘਰ ਦੇ ਵਿੱਚ 2 ਨੌਕਰ ਰੱਖੇ ਹੋਏ ਸਨ ਅਤੇ ਉਹਨਾਂ ਦੇ ਉੱਤੇ ਹੀ ਚੋਰੀ ਦਾ ਸ਼ੱਕ ਹੈ। ਇਲਜ਼ਾਮ ਹੈ ਕਿ ਦੋਵਾਂ ਨੇ ਹੀ ਘਰ ਦੀ ਅਲਮਾਰੀ ਤੋਂ ਸੋਨੇ ਦੇ ਗਹਿਣੇ ਅਤੇ 75,000 ਰੁਪਏ ਦੀ ਚੋਰੀ ਕੀਤੀ ਹੈ। ਸ਼ਿਕਾਇਤ ਦੇ ਆਧਾਰ ਦੇ ਉੱਤੇ MDC ਥਾਣਾ ਪੁਲਿਸ ਨੇ ਘਰ ਦੇ ਨੌਕਰ ਲਲਿਤਾ ਦੇਵੀ ਅਤੇ ਸ਼ੈਲੇਂਦਰ ਦਾਸ ਦੇ ਉੱਤੇ ਬਾਈਨੇਮ FIR ਦਰਜ ਕੀਤੀ ਹੈ। ਹਾਲਾਂਕਿ ਸਤੰਬਰ ਦੇ ਵਿੱਚ ਚੋਰੀ ਹੋਈ ਦੱਸੀ ਜਾ ਰਹੀ ਹੈ, ਬਹੁਤ ਵੱਡੀ ਅਮਾਊਂਟ ਵੀ ਨਹੀਂ ਹੈ ਕਿਉਂਕਿ 1,00,000 ਰੁਪਏ ਦੇ ਕਰੀਬ ਗਹਿਣੇ ਨੇ ਅਤੇ 75,000 ਰੁਪਏ ਦੀ ਨਕਦੀ ਦੀ ਸ਼ਿਕਾਇਤ ਦਿੱਤੀ ਗਈ ਹੈ। ਪਰ ਜਦੋਂ ਕ੍ਰਿਕਟਰ ਦ ਯੁਵਰਾਜ ਸਿੰਘ ਦੇ ਘਰ ਚੋਰੀ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਰਾਤ 9 ਵਜੇ ਮੁੜ ਤੋਂ ਮੁਲਾਕਾਤ ਹੋਵੇਗੀ। ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ। ਧੰਨਵਾਦ।